ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਇਹ ਜਿਹੜਾ ਗੁਰਸ਼ਬਦ ਹੈ, ਇਹ ਜਿਹੜਾ ਨਾਮ ਹੈ, ਇਹ ਜਿਹੜਾ ਵਾਹਿਗੁਰੂ ਮੰਤਰ ਹੈ ਜਿਹੜਾ ਅੱਜ ਸਾਨੂੰ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਦਿੰਦੇ ਆ, ਸੁਣਿਓ ਧਿਆਨ ਨਾਲ, ਇਹਦੀਆਂ ਬਖਸ਼ਿਸ਼ਾਂ ਕਿੰਨੀਆਂ ਵੱਡੀਆਂ। ਮਹਾਰਾਜ ਕਹਿੰਦੇ ਚਾਰ ਤਰ੍ਹਾਂ ਦੀ ਬਾਣੀ ਸਰੀਰ ਵਿੱਚ ਚੱਲਦੀ ਹੈ। ਜਿਹੜੀ ਜ਼ੁਬਾਨ ਤੋਂ ਆਪਾਂ ਬੋਲਦੇ ਹਾਂ ਨਾ, ਆਪਾਂ ਬੋਲਦੇ ਹਾਂ ਦੂਸਰਾ ਸੁਣਦਾ, ਇਹਨੂੰ ਵੈਖਰੀ ਬਾਣੀ ਕਹਿੰਦੇ ਆ ਸੰਗਤ ਜੀ। ਜਿਹੜੀ ਆਪਣੇ ਕੰਠ ਵਿੱਚ ਚੱਲਦੀ ਹੈ, ਗਲ ਵਿੱਚ, ਉਹਨੂੰ ਮੱਧਮਾ ਕਹਿੰਦੇ ਹੈ। ਜਿਹੜੀ ਆਪਣੇ ਹਿਰਦੇ ਵਿੱਚ ਚੱਲਦੀ ਹੈ ਉਹਨੂੰ ਪਸੰਤੀ ਕਹਿੰਦੇ ਹੈ। ਜਿਹੜੀ ਨਾਭੀ ਵਿੱਚ ਚੱਲਦੀ ਹੈ ਉਹਨੂੰ ਪਰਾ ਬਾਣੀ ਕਹਿੰਦੇ ਹੈ। ਮਹਾਰਾਜ ਕਹਿੰਦੇ ਭਾਈ ਬੁੱਢਾ ਸਾਹਿਬ, ਨਾ ਹੀ ਭਾਈ ਬੁੱਢਾ ਰੱਖਤਾ ਨਾ ਮਹਾਰਾਜ ਜੀ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਕਹਿ ਕੇ ਨਿਵਾਜਿਆ, ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਕਹਿ ਕੇ ਮਾਣ ਦਿੱਤਾ। ਕਹਿਣ ਲੱਗੇ ਜੇ ਤਾਂ ਬੈਖਰੀ ਜ਼ਬਾਨ ਨਾਲ ਬੋਲ ਕੇ ਇਸ ਸਿਮਰਨ ਦਾ ਜਾਪ ਕਰੇਗਾ, ਕੰਨਾਂ ਨਾਲ ਸੁਣੇਗਾ। ਆਪਾਂ ਵੀ ਸਿਮਰਨ ਕਰਦੇ ਹਾਂ ਰੋਜ਼, ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਦੀ ਸਿਮਰਨ ਕਰਨ ਦੀ ਯੁਗਤੀ ਬਾਬਾ ਬੁੱਢਾ ਜੀ ਦੁਆਰਾ ਹੀ ਸਾਨੂੰ ਦੱਸੀ ਗਈ। ਬਾਣੀ ਬੋਲ ਕੇ ਪੜ੍ਹੋ, ਕੰਨ ਸਾਡੇ ਸੁਣਨ, ਧਿਆਨ ਸਾਡੀ ਬਾਣੀ ਦੇ ਅਰਥਾਂ ਵਿੱਚ ਅਤੇ ਨਾਮ ਵਿੱਚ ਲੱਗੀ ਹੋਵੇ, ਸੁਰਤ ਲੱਗੀ ਹੋਵੇ, ਧਿਆਨ ਜੁੜਿਆ ਹੋਵੇ। ਧੁਨਮੈ ਧਿਆਨ ਧਿਆਨਮੈ ਜਾਣਿਆ ਗੁਰਮੁਖ ਅਕਥ ਕਹਾਣੀ। ਗੁਰਬਾਣੀ ਦੀ ਧੁਨੀ ਵਿੱਚ ਆਪਣੇ ਧਿਆਨ ਨੂੰ ਜੋੜਨਾ, ਜੋੜ ਕੇ ਵੇਖਿਓ। ਜਿਹੜਾ ਕਹਿੰਦਾ ਮੇਰਾ ਮਨ ਨਹੀਂ ਜੁੜਦਾ, ਮਨ ਜੁੜੇਗਾ, ਜ਼ਰੂਰ ਜੁੜੇਗਾ। ਹਜ਼ਾਰ ਗੁਣਾ ਫਲ ਬੈਖਰੀ ਬਾਣੀ ਦਾ ਰਸਨਾ ਨਾਲ ਬੋਲ ਕੇ ਕਹੇ ਵਾਹਿਗੁਰੂ ਦਾ ਹੈ, ਉਸ ਤੋਂ 10,000 ਗੁਣਾ ਫਲ ਮੱਧਮਾਂ ਵਿੱਚ, ਕੰਠ ਵਿੱਚ। ਕੋਈ ਦੂਸਰਾ ਨਾ ਸੁਣੇ, ਆਪਣੇ ਆਪਣੇ ਕੰਠ ਵਿੱਚ ਨਾਮ ਦਾ ਅਭਿਆਸ, ਔਰ ਫਿਰ ਪਸੰਤੀ ਜਿਹੜੀ ਬਾਣੀ ਹੈ ਹਿਰਦੇ ਵਿੱਚ ਵੱਸਦੀ ਹੈ ਸਹਿਜੇ ਸਹਿਜੇ। ਜਦੋਂ ਉੱਥੇ ਧਿਆਨ ਚੱਲਿਆ ਜਾਂਦਾ, ਬਾਣੀ ਦਾ ਨਿਵਾਸ, ਸਿਮਰਨ ਦਾ ਨਿਵਾਸ, ਉੱਥੇ ਹਜ਼ਾਰਾਂ ਹੀ ਗੁਣ ਫਲ ਹੋ ਜਾਂਦਾ, ਹਜ਼ਾਰਾਂ। ਤੇ ਪਰਾ ਬਾਣੀ ਜਿੱਥੇ ਨਾਭੀ ਹੈ, ਜਿੱਥੋਂ ਆਪਣੇ ਸਵਾਸ ਉੱਠਦੇ ਹੈ। ਸੰਤ ਦੀ ਅਵਸਥਾ ਕਿਉਂ ਕਹੀ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਜਦੋਂ ਸੰਤ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਜਿੱਥੋਂ ਪਰਾ ਬਾਣੀ ਉੱਠਦੀ ਹੈ ਉਦੋਂ ਸਵਾਸਾਂ ਵਿੱਚ ਨਾਮ ਵਸ ਜਾਂਦਾ, ਤੇ ਜਿੱਥੇ ਮਨ ਕਹਿੰਦਾ ਵੀ ਬੜੇ ਫੁਰਨੇ ਉੱਠਦੇ ਹੈ, ਮਨ ਟਿਕਦਾ ਨਹੀਂ, ਉੱਥੇ ਮਨ ਕੋਈ ਵਿਕਾਰਾਂ ਦਾ ਫੁਰਨਾ ਉਠਾਉਂਦਾ ਹੀ ਨਹੀਂ। ਇਹ ਅਭਿਆਸੀ ਮਹਾਂਪੁਰਖਾਂ ਦਾ ਬਚਨ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਤੁਸੀਂ ਸੂਰਮਤਾਈ ਦਾ ਪੱਖ ਸੁਣਿਆ, ਉਹਨਾਂ ਦੀ ਅਵਸਥਾ ਬਾਰੇ ਤੁਹਾਨੂੰ ਬਹੁਤ ਘੱਟ ਜਾਣਕਾਰੀ ਹੋਏਗੀ। ਉਹ ਵੀ ਦੱਸਦੇ ਸਨ, ਕਹਿੰਦੇ ਜਦੋਂ ਪਰਾ ਵਿੱਚ ਨਾਮ ਵਸ ਜਾਂਦਾ ਫਿਰ ਵਿਕਾਰ ਦਾ ਫੁਰਨਾ ਨਹੀਂ ਕਦੇ ਉੱਠਦਾ, ਵਿਕਾਰ ਨਹੀਂ ਉੱਥੇ ਕਦੇ ਮਨ ਵਿੱਚ ਆਉਂਦੇ, ਹਿਰਦਾ ਐਨ ਸ਼ੁੱਧ ਹੋ ਜਾਂਦਾ, ਨਿਰਮਲ ਹੋ ਜਾਂਦਾ। ਔਰ ਉੱਥੋਂ ਫਿਰ ਸਾਧ ਸੰਗਤ ਜੀ, ਪਰਾ ਵਿੱਚ ਵਸਿਆ ਹੋਇਆ ਨਾਮ ਜਿਹਦਾ ਲੱਖਾਂ ਗੁਣ ਫਲ ਹੈ, ਫਿਰ ਉਹ ਰੋਮਾਂ ਵਿੱਚ ਵਸ ਜਾਂਦਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਰੋਮ ਰੋਮ ਜ਼ੁਬਾਨ ਬਣ ਜਾਂਦੇ ਆ ਗੁਰਸਿੱਖ ਦੇ। ਇੱਕ ਇੱਕ ਰੋਮ ਜਿਹੜਾ ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ। ਫਿਰ ਇਸ ਤੋਂ ਅਵਸਥਾ ਅੱਗੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ,
ਸਭ ਹਰ ਹਰ ਨਾਮ ਧਿਆਵੈ ਰਾਮ। ਧੰਨ ਬਾਬਾ ਬੁੱਢਾ ਜੀ ਨੂੰ ਕੀ ਕਿਹਾ ਸਤਿਗੁਰਾਂ ਨੇ, ਕਹਿੰਦੇ ਜਦੋਂ ਤੇਰੀ ਪਰਾ ਬਾਣੀ ਦੇ ਵਿੱਚ ਨਾਮ ਇਹ ਵਸ ਗਿਆ ਨਾ, ਤੇਰੇ ਤੇ ਕਾਲ ਦਾ ਜ਼ੋਰ ਨਹੀਂ ਚੱਲੇਗਾ, ਮੌਤ ਦਾ ਜ਼ੋਰ ਨਹੀਂ ਚੱਲੇਗਾ। ਜਦੋਂ ਮਰਜ਼ੀ ਆਪਣਾ ਸਰੀਰ ਤਿਆਗ ਦਈ, ਜਦੋਂ ਮਰਜ਼ੀ। ਸਤਿ ਸੰਗਤ ਜੀ, 125 ਸਾਲ ਦੀ ਸਰੀਰ ਦੀ ਅਵਸਥਾ ਹੋਈ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ, 125 ਸਾਲ। 6 ਗੁਰੂ ਸਾਹਿਬਾਨਾਂ ਦੀ ਸੰਗਤ, 5 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਾ ਤਿਲਕ, 2 ਗੁਰੂ ਸਾਹਿਬਾਨਾਂ ਦੇ ਦਰਸ਼ਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਰ ਧੰਨ ਗੁਰੂ ਹਰਰਾਇ ਸਾਹਿਬ ਜੀ ਦੇ, 8 ਗੁਰੂ ਸਾਹਿਬਾਨਾਂ ਦੀ ਸੰਗਤ ਕੀਤੀ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਆਪਾਂ 6ਾਂ ਦੀ ਦੱਸਦੇ ਹਾਂ, 8 ਗੁਰੂ ਸਾਹਿਬਾਨਾਂ ਦੇ ਦਰਸ਼ਨ, ਉਹਨਾਂ ਦੀ ਸੰਗਤ ਉਹਨਾਂ ਮਹਾਂਪੁਰਖਾਂ ਨੇ ਕੀਤੀ ਹੈ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ। ਸਮਾਂ ਨਹੀਂ ਹੁਣ ਅੱਗੇ ਜਾਣ ਦੀ ਆਗਿਆ ਦਿੰਦਾ, ਗੁਰਸੰਗਤ ਜੀ ਆਓ, ਗੁਰਸਿੱਖੀ ਧਾਰਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਾਮ ਗੁਰਬਾਣੀ ਦਾ ਅਭਿਆਸ, ਸੇਵਾ ਔਰ ਸਤਸੰਗਤ, ਇਹਨਾਂ ਗੁਣਾਂ ਨੂੰ ਜੇ ਕਮਾ ਲਈਏ ਸਾਡਾ ਜੀਵਨ ਵੀ ਧੰਨਤਾ ਦੇ ਯੋਗ, ਪੂਜਨ ਯੋਗ ਹੋ ਜਾਏਗਾ। ਧੰਨ ਸੋ ਵੰਸ਼, ਧੰਨ ਸੋ ਮਾਤਾ, ਧੰਨ ਸੋ ਪਿਤਾ, ਜਿਨ ਜਨ ਜਣੇ। ਅੱਜ ਬਾਬਾ ਜੀ ਦੀ ਕੁਲ ਦੀ ਵੀ ਪੂਜਾ, ਉਸ ਮਾਤਾ ਗੌਰਾਂ ਦੀ ਵੀ ਪੂਜਾ, ਉਸ ਪਿਤਾ ਬਾਬਾ ਸੁੱਘਾ ਰੰਧਾਵਾ ਜੀ ਦੀ ਵੀ ਪੂਜਾ। ਔਰ ਸਾਧ ਸੰਗਤ ਜੀ, ਜਿਨ ਸਾਸ ਗਰਾਸ ਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ, ਉਹ ਹਰੀ ਦੇ ਜਨ ਪਿਆਰੇ ਬਣ ਗਏ ਸਤਿਗੁਰਾਂ ਦੀ ਦਰਗਾਹ ਦੇ ਵਿੱਚ। ਔਰ ਇੱਥੇ ਵੀ ਇਸ ਧਰਤੀ ਤੇ ਵੀ ਜਿੱਥੇ ਉਹਨਾਂ ਦਾ ਜਨਮ ਹੋਇਆ ਨਾ, ਇਸ ਧਰਤੀ ਤੇ ਅੱਜ ਲੱਖਾਂ ਹੀ ਸੰਗਤਾਂ ਨਮਸਕਾਰਾਂ ਕਰ ਰਹੀਆਂ। ਇਹ ਕਰਨੀ ਕਰਕੇ ਹੈ, ਸੇਵਾ ਕਰਕੇ ਹੈ, ਸਿਮਰਨ ਕਰਕੇ ਹੈ, ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ ਕਰਕੇ ਹੈ। ਇਸ ਸਮੇਂ ਵਿੱਚ ਖੁਸ਼ੀ ਪ੍ਰਾਪਤ ਕਰਨ ਦਾ ਇੱਕੋ ਹੀ ਤਰੀਕਾ, ਜੇ ਕਲਗੀਧਰ ਦੀ ਖੁਸ਼ੀ ਲੈਣੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਬਾਬਾ ਜੀ ਨੇ ਖੁਸ਼ੀਆਂ ਲੈ ਲਈਆਂ, ਉਹ ਪਰਮ ਪਦ ਪ੍ਰਾਪਤ ਕਰ ਲਿਆ, 500 ਸਾਲ ਤੋਂ ਉੱਤੇ ਹੋ ਗਿਆ, ਅੱਜ ਵੀ ਬਾਬਾ ਜੀ ਦੀ ਪੂਜਾ ਹੈ ਸੰਸਾਰ ਦੇ ਅੰਦਰ। ਅੱਜ ਵੀ ਉਹਨਾਂ ਦਾ ਉਹ ਅਮਰ ਸਥਾਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਜਿਹੜਾ ਹਰ ਇੱਕ ਨੂੰ ਨਹੀਂ ਮਿਲਦਾ। ਖੁਸ਼ੀਆਂ ਲਈਆਂ ਸਨ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ, ਜੇ ਆਪਾਂ ਵੀ ਖੁਸ਼ੀਆਂ ਲੈਣੀਆਂ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਕਰੋ, ਬੱਚਿਆਂ ਦੇ ਕੇਸ ਨਾ ਕਟਾਓ। ਮਾਵਾਂ ਨੂੰ ਬੇਨਤੀ ਹੈ, ਉਹ ਮਾਂ ਕਿੱਡੀ ਵੱਡੀ ਪੂਜਨੀਕ ਹੋਏਗੀ ਜਿਸ ਮਾਂ ਨੇ ਬਾਬਾ ਬੁੱਢਾ ਜੀ ਜੈਸਾ ਬ੍ਰਹਮ ਗਿਆਨੀ ਇਸ ਧਰਤੀ ਤੇ ਪੈਦਾ ਕੀਤਾ। ਸੋ ਇਸ ਕਰਕੇ ਮਾਮੋ, ਬੱਚਿਆਂ ਨੂੰ ਜਨਮ ਤੋਂ ਸਿੱਖੀ ਦੀ ਗੁੜਤੀ ਦਿਓ, ਕੇਸ ਨਾ ਕੱਟਣ ਦਿਓ, ਇਹਨਾਂ ਨੂੰ ਗੁਰਸਿੱਖੀ ਨਾਲ ਜੋੜੋ। ਮਾਂ ਦਾ ਫਰਜ਼ ਹੈ ਬੱਚੇ ਨੂੰ ਗੁਰਮਤ ਦੇ ਪਵਿੱਤਰ ਸੰਸਕਾਰ ਦੇਣੇ, ਪਿਤਾ ਦਾ ਫਰਜ਼ ਹੈ ਬੱਚੇ ਨੂੰ ਕੁਸੰਗਤ ਵਿੱਚ ਨਹੀਂ ਜਾਣ ਦੇਣਾ। ਆਪਣੇ ਫਰਜ਼ਾਂ ਦੀ ਪਾਲਣਾ ਕਰੀਏ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।